गुड मॉर्निंग डियर स्टूडेंट्स मैं रजनी महाजन डिप्टी डायरेक्टर टेक्निकल एजुकेशन एंड इंडस्ट्रियल ट्रेनिंग डिपार्टमेंट पंजाब मेरे नाल ने मेरे साथी श्री गुरबख्शीत सिंह जी सीनियर लेक्चरर सिविल एंड इंजीनियरिंग सरकारी बहुतकनीकी कॉलेज खुन्नीमाजरा आज assi ਤੁਹਾਨੂੰ ਤਕਨੀਕੀ ਸਿੱਖਿਆ ਬਾਰੇ ਜਾਣਕਾਰੀ ਦਵਾਂਗੇ ਕਿ ਤੁਸੀਂ ਕਿਵੇਂ ਆਪਣੇ ਕੈਰੀਅਰ ਨੂੰ ਇਹਦੇ ਵਿੱਚ ਅੱਗੇ ਵਧਾ ਸਕਦੇ ਹੋ गुरबख्शीश जी हां जी ਜਿਵੇਂ ਸਭ ਤੋਂ ਪਹਿਲਾਂ ਤਾਂ ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਹੈ ਕਿ 10th ਜਾਂ 10+2 ਮੈਂ ਕਰ ਲਿਆ ਉਸ ਤੋਂ ਬਾਅਦ ਮੈਂ ਆਪਣੇ ਕੈਰੀਅਰ ਨੂੰ ਕਿੱਦਾਂ ਅੱਗੇ ਲੈ ਕੇ ਜਾਵਾਂ ਕਿਹੜੇ ਕੋਰਸੇ ਚੂਜ਼ ਕਰਾਂ ਅੱਜ ਅਸੀਂ ਤੁਹਾਡੇ ਨਾਲ ਤਕਨੀਕੀ ਸਿੱਖਿਆ ਵਿਭਾਗ ਦਾ ਜਿਹੜਾ ਇੱਕ ਅਹਿਮ ਵਿੰਗ ਹੈ ਪੋਲੀਟੈਕਨਿਕ ਸਿੱਖਿਆ ਉਹਦੇ ਬਾਰੇ ਗੱਲ ਕਰਾਂਗੇ ਤੇ ਮੈਂ ਤਕਨੀਕੀ ਸਿੱਖਿਆ ਬਾਰੇ ਗੱਲ ਕਰਨੀ ਇਸ ਲਈ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਜੇ ਅਸੀਂ ਚੰਦਰਯਾਨ ਦੀ ਗੱਲ ਕਰਦੇ ਹਾਂ ਅਸੀਂ ਸੈਮੀ ਕੰਡਕਟਰ ਇੰਡਸਟਰੀ ਦੀ ਗੱਲ ਕਰਦੇ ਹਾਂ ਅਸੀਂ ਨਾ ਕੁਝ ਸਾਡਾ ਹਿੰਦੂਸਤਾਨ ਦੇ ਵਿੱਚ ਹੋ ਰਿਹਾ ਤੇ ਜਿਹੜੀ ਜੀਡੀਪੀ ਗ੍ਰੋਥ ਕਰ ਰਹੀ ਉਹ ਟੈਕਨੀਕਲ ਐਜੂਕੇਸ਼ਨ ਕਰਕੇ ਕਰ ਰਹੀ ਹੈ ਤੇ ਜੇ ਸਾਡੇ ਵਿਦਿਆਰਥੀ ਉਹਦੇ ਵਿੱਚ ਅੱਗੇ ਆਉਂਦੇ ਨੇ ਬੱਚੇ ਤਕਨੀਕੀ ਸਿੱਖਿਆ ਹਾਸਲ ਕਰਦੇ ਨੇ ਤਾਂ ਉਹ ਬਹੁਤ ਸਾਰੇ ਫੀਲਡਾਂ ਦੇ ਵਿੱਚ ਅੱਗੇ ਜਾ ਸਕਦੇ ਨੇ ਤੇ ਹੁਣ ਤੇ ਐਗਜ਼ਾਮਪਲ ਆ ਬਹੁਤ ਜ਼ਿਆਦਾ ਨੇ ਕਿ ਸਟਾਰਟਅੱਪ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚਿਆਂ ਨੇ ਤਕਨੀਕੀ ਸਿੱਖਿਆ ਹਾਸਲ ਕੀਤੀ ਹੈ ਉਹ ਬੜੇ 2-4 ਸਾਲ ਦੇ ਵਿੱਚ ਹੀ ਬਹੁਤ ਉਚਾਈਆਂ ਹਾਸਲ ਕਰ ਚੁੱਕੇ ਨੇ ਤੇ ਸਾਡੇ ਬੱਚੇ ਜਿਹੜੇ ਨੇ ਇਸ ਟਾਈਮ ਦੇ ਉੱਤੇ ਤਕਨੀਕੀ ਸਿੱਖਿਆ ਹਾਸਲ ਕਿਵੇਂ ਕਰਨ ਕਿਦਾਂ ਦਾਖਲਾ ਲੈਣ ਕਿਹੜੀਆਂ-ਕਿਹੜੀਆਂ ਸਕਾਲਰਸ਼ਿਪ ਸਕੀਮਸ ਨੇ ਉਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਸਰਕਾਰੀ ਬਹੁ ਤਕਨੀਕੀ ਕਾਲਜ ਜਿੰਨੂੰ ਅਸੀਂ ਕਹਿੰਦੇ ਆ ਗਵਰਨਮੈਂਟ ਪੋਲੀਟੈਕਨਿਕ ਕਾਲਜੇਸ ਪੋਲੀ ਦਾ ਮਤਲਬ ਬਹੁ ਟੈਕਨਿਕ ਤਕਨੀਕ ਬਹੁ ਤਕਨੀਕ ਅਸੀਂ ਇਹਨਾਂ ਕਾਲਜਾਂ ਵਿੱਚ ਵੱਖ-ਵੱਖ ਕੋਰਸ ਕਿਤਾਮੁਖੀ ਕੋਰਸ ਜਿੰਨੂੰ ਕਰਕੇ ਬੱਚੇ ਵੱਧ ਤੋਂ ਵੱਧ ਨੌਕਰੀਆਂ ਲੈ ਸਕਦੇ ਨੇ ਆਪਣਾ ਕੰਮ ਕਰ ਸਕਦੇ ਨੇ ਬੱਚਿਓ ਸਾਡੇ ਕੋਲ ਪੰਜਾਬ ਦੇ ਵਿੱਚ 26 ਸਰਕਾਰੀ ਬਹੁ ਤਕਨੀਕੀ ਕਾਲਜ ਹਨ ਆਲਮੋਸਟ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਾਲਜ ਹੈ ਜਿੱਥੇ ਅਸੀਂ ਬੱਚਿਆਂ ਨੂੰ ਅਲੱਗ-ਅਲੱਗ ਡਿਪਲੋਮਾ ਕੋਰਸੇਜ਼ ਵਿੱਚ ਸਿੱਖਿਆ ਦਿੰਨੇ ਆ ਫਾਰ ਐਗਜ਼ਾਮਪਲ ਇਲੈਕਟ੍ਰੋਨਿਕਸ ਕੰਪਿਊਟਰ ਕੈਮੀਕਲ ਆਰਕੀਟੈਕਚਰ ਇਸ ਤਰ੍ਹਾਂ ਦੇ ਅਲੱਗ-ਅਲੱਗ ਕੋਰਸੇਜ਼ ਨੇ ਜਿਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ ਤੇ ਆਪਣੇ ਭਵਿੱਖ ਨੂੰ ਵਧੀਆ ਬਣਾ ਸਕਦੇ ਹੋ ਤਕਨੀਕੀ ਸਿੱਖਿਆ ਦੀ ਜ਼ਰੂਰਤ ਕਿਉਂ ਹੈ ਅੱਜ ਦਾ ਸੰਸਾਰ ਇੱਕ ਪਿੰਡ ਬਣ ਚੁੱਕਿਆ ਜੇ ਅਸੀਂ ਕਹੀਏ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈਗਾ ਤੇ ਇਹਦੇ ਲਈ ਉਸ ਸਮੇਂ ਦੇ ਵਿੱਚ ਇਹਦਾ ਬਹੁਤ ਬਹੁਤ ਵੱਜ ਜਾਂਦਾ ਕਿਉਂਕਿ ਅਸੀਂ ਜਿੰਨਾ ਵੀ ਹੈ ਜੇ ਅਸੀਂ ਅੱਜ ਤੁਹਾਡੇ ਤੱਕ ਪਹੁੰਚ ਕਰ ਰਹੇ ਹਾਂ ਇਹ ਵੀ ਦੇਖੋ ਇੱਕ ਤਕਨੀਕ ਹੈ ਟੈਕਨੀਕਲ ਐਜੂਕੇਸ਼ਨ ਦੇ ਥਰੂ ਹੀ ਹੈ ਕਿ ਜਦੋਂ ਅਸੀਂ ਸੰਚਾਰ ਟੈਕਨੋਲੋਜੀ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਇੱਥੇ ਸਟੂਡੀਓ 'ਚ ਬੈਠੇ ਹੀ ਕਰ ਪਾ ਰਹੇ ਹਾਂ ਉਜੋਗਿਕ ਨਵੀਨੀਕਰਨ ਦਾ ਯੋਗ ਹੈ ਹਿੰਦੁਸਤਾਨ ਹੈ ਜਿਹੜਾ ਇੱਕ ਡਿਵੈਲਪਡ ਕੰਟਰੀ ਵੱਲ ਵੱਧ ਰਿਹਾ ਹੈ ਤੇ ਉਹ ਜਦੋਂ ਹੋ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜਿਹੜਾ ਉਹ ਫੇਰ ਸਾਡੇ ਟੈਕਨੀਕਲ এডੂਕੇਸ਼ਨ ਦਾ ਆ ਜਾਂਦਾ ਹੈ ਭਾਰਤ ਜੋ ਕਦੇ ਖੇਤੀ ਪ੍ਰਧਾਨ ਦੇਸ਼ ਵਜੋਂ ਜਾਣਿਆ ਜਾਂਦਾ ਸੀ ਹੁਣ ਉਜੋਗਿਕ ਕ੍ਰਾਂਤੀ ਵੱਲ ਵੱਧ ਰਿਹਾ ਹੈ ਜਿਸ ਦੇ ਐਗਜ਼ੈਂਪਲਸ ਨੇ ਕਿ ਅਸੀਂ ਜਿਹੜਾ ਆਪਣੇ ਹਵਾਈ ਜਹਾਜ਼ ਤਿਆਰ ਕੀਤੇ ਨੇ ਆਪਣੇ ਡਰੋਨ ਤਿਆਰ ਕੀਤੇ ਨੇ ਤੁਸੀਂ ਦੇਖੋ ਕਿ ਪਿੱਛੇ ਜੇ ਜੰਗੀ ਬੇੜਾ ਤੱਕ ਹਿੰਦੂਸਤਾਨ ਨੇ ਆਪਣਾ ਆਪ ਤਿਆਰ ਕਰ ਲਿਆ ਸੋ ਉਹ ਉਜੋਗਿਕ ਕ੍ਰਾਂਤੀ ਚੰਦਰਯਾਨ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਮਿਸ਼ਨ ਹੈ ਜਿਹਦੇ ਵਿੱਚ ਉਹ ਚੱਲ ਰਿਹਾ ਸਾਡਾ ਤੇ ਅਸੀਂ ਉਹ ਸਾਰੇ ਦਾ ਸਾਰਾ ਟੈਕਨੀਕਲ ਐਜੂਕੇਸ਼ਨ ਦੇ ਕਾਰਨ ਹੀ ਹੋ ਰਿਹਾ ਹੈ ਖੇਤੀ ਸੈਕਟਰ ਤੋਂ ਭਜਨ ਘਟਾਉਣ ਲਈ ਜਿਹੜਾ ਹੈਗਾ ਤਾਂ ਕਿ ਜਿਹੜੇ ਰੋਜ਼ਗਾਰ ਦੇ ਮੌਕੇ ਜ਼ਿਆਦਾ ਪੈਦਾ ਕੀਤੇ ਜਾ ਸਕਣ ਇਵਨ ਖੇਤੀ ਸੈਕਟਰ ਦੇ ਵਿੱਚ ਵੀ ਜੇ ਅਸੀਂ ਗੱਲ ਕਰੀਏ ਉੱਥੇ ਵੀ ਟੈਕਨੀਕਲ ਐਜੂਕੇਸ਼ਨ ਦਾ ਬੜਾ ਰੋਲ ਹੈ ਕਿਉਂਕਿ ਜੇ ਅਸੀਂ ਟਰੈਕਟਰ ਇੰਡਸਟਰੀ ਦੀ ਗੱਲ ਕਰੀਏ ਜਾਂ ਨਵੀਨ ਤਨ ਜਿਹੜੇ ਉਹਨਾਂ ਦੇ ਸੰਧ ਨੇ ਉਹਨਾਂ ਦੀ ਗੱਲ ਕਰੀਏ ਫੂਡ ਟੈਕਨੋਲੋਜੀ ਦੀ ਗੱਲ ਕਰੀਏ ਉੱਥੇ ਫੇਰ ਜਿਹੜਾ ਹੈਗਾ ਸਾਡਾ ਟੈਕਨੀਕਲ ਐਜੂਕੇਸ਼ਨ ਅੱਗੇ ਆਉਂਦੀ ਹੈ ਦੇਸ਼ ਨੂੰ ਅਜੋਕੇ ਜੋਗਾ ਜਿਹੜਾ ਉਸ ਦੇ ਖਾਣੇ ਬਣਾਉਣ ਦੇ ਲਈ ਅਜੋਗ ਤੇ ਨਿਰਮਾਣ ਦੇ ਖੇਤਰ ਵਿੱਚ ਨਵੀਨਤਾ ਲਈ ਸੰਚਾਰ ਟੈਕਨੋਲੋਜੀ ਵਿੱਚ ਜਿਵੇਂ ਪਿੱਛੇ ਸਾਡੇ ਮਾਨਯੋਗ ਜਿਹੜੇ ਨੇਗੇ ਆ ਪ੍ਰਧਾਨ ਮੰਤਰੀ ਜੀ ਨੇ ਗੱਲ ਵੀ ਕੀਤੀ ਸੀ ਕਿ ਜਿਹੜੇ ਨੇ ਸੈਮੀ ਕੰਡਕਟਰ ਇੰਡਸਟਰੀ ਨੂੰ ਅਸੀਂ ਲੈ ਕੇ ਆਵਾਂਗੇ ਸੋ ਸੈਮੀ ਕੰਡਕਟਰ ਇੰਡਸਟਰੀ ਨੂੰ ਲੈ ਕੇ ਆਉਣ ਦੇ ਵਿੱਚ ਵੀ ਬਹੁਤ ਵੱਡਾ ਰੋਲ ਹੋ ਰਿਹਾ ਤੇ ਉੱਥੇ ਰੋਜ਼ਗਾਰ ਦੇ ਮੌਕੇ ਇੰਨੇ ਖੁੱਲ ਜਾਣੇ ਨੇ ਤੇ ਜੇ ਅਸੀਂ ਸਾਡੇ ਪੰਜਾਬ ਦੀ ਗੱਲ ਕਰੀਏ ਮੋਹਾਲੀ ਜਿਹੜਾ ਇੱਕ ਆਈਟੀ ਹੱਬ ਦੇ ਤੌਰ ਤੇ ਉੱਭਰ ਰਿਹਾ ਚੰਡੀਗੜ੍ਹ ਔਰ ਮੋਹਾਲੀ ਆਈਟੀ ਹੱਬ ਦੇ ਤੌਰ ਤੇ ਉੱਭਰ ਰਿਹਾ ਏ اسی ਤਰੀਕੇ ਲੁਧਿਆਣਾ ਜਿਹੜਾ ਹੈਗਾ ਸਮਾਲ 스ਕੇਲ ਇੰਡਸਟਰੀ ਸਾਈਕਲ ਇੰਡਸਟਰੀ ਸਾਈਕਲ ਇੰਡਸਟਰੀ 75% ਸਾਈਕਲ ਜਿਹੜੇ ਨੇ ਉਹ ਸਿਰਫ ਲੁਧਿਆਣਾ ਪੈਦਾ ਕਰਦੇ ਤੇ ਸਪੋਰਟਸ ਇੰਡਸਟਰੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਾਂ ਲੈਦਰ ਟੈਕਨੋਲੋਜੀ ਦੇ ਵਿੱਚ ਉਹਦੇ ਵਿੱਚ ਜਲੰਧਰ ਦਾ ਨੰਬਰ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਰਾਜਪੁਰਾ ਬਟਾਲਾ ਉੱਥੇ ਛੋਟੀਆਂ-ਛੋਟੀਆਂ ਇੰਡਸਟਰੀਆਂ ਨੇ ਬਟਾਲਾ ਤੁਹਾਨੂੰ ਯਾਦ ਹੋਏਗਾ ਜਿਹੜੀ ਬਟਾਲਾ ਦੀ ਲੇਥ ਹੈ ਅੱਜ ਵੀ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਮਤਲਬ ਬਟਾਲਾ ਇੱਕ ਛੋਟਾ ਟਾਊਨ ਹੋਣ ਦੇ ਨਾਲ-ਨਾਲ ਇੱਕ ਇੰਡਸਟਰੀਅਲ ਟਾਊਨ ਜਿੱਥੋਂ ਦੀ ਇਹ ਚੀਜ਼ਾਂ ਜਿਹੜੀਆਂ ਨੇ ਦੇਸ਼-ਵਿਦੇਸ਼ ਚ ਜਾਂਦੀਆਂ ਨੇ ਔਰ ਪਿਆਰੇ ਵਿਦਿਆਰਥੀਓ ਸਾਡੇ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਕਲਾਈ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਵੀ ਇਹੀ ਸੁਪਨਾ ਹੈ ਕਿ ਬੱਚੇ ਤਕਨੀਕੀ ਸਿੱਖਿਆ ਲੈ ਕੇ ਵੱਧ ਤੋਂ ਵੱਧ ਰੋਜ਼ਗਾਰ ਪ੍ਰਾਪਤ ਕਰਨ ਔਰ ਆਪਣੇ ਦੇਸ਼ ਚ ਰਹਿਣ ਉਹਨੂੰ ਇੱਥੇ ਉਹਦਾ ਜਿਹੜਾ ਉਹਨੂੰ ਯੂਟਿਲਾਈਜ਼ ਕਰਨ ਨਾ ਕਿ ਬਾਹਰ ਜਾਣ ਇਸ ਕਰਕੇ ਜਿਹੜੇ ਸਾਡੀਆਂ ਸਰਕਾਰੀ ਬਹੁ ਤਕਨੀਕੀ ਸੰਸਥਾਵਾਂ ਨੇ ਉੱਥੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹੋ ਜੇ ਕੋਰਸ ਕਰਵਾਈਏ ਜਿੰਨੂੰ ਕਰਕੇ ਬੱਚਾ ਨੌਕਰੀ ਲੈ ਸਕੇ ਕਿਉਂ ਗੁਰਬਖਸ਼ ਸਿੰਘ ਜੀ ਬਿਲਕੁਲ ਜੀ ਬਲਕਿ ਕੱਲਾ ਇਹ ਹੀ ਨਹੀਂ ਕਿ ਸਾਡੇ ਬੱਚੇ ਨੌਕਰੀ ਲੈਣ ਉਹਨਾਂ ਦਾ ਸੁਪਨਾ ਹੈ ਕਿ ਸਾਡੇ ਬੱਚੇ ਦੁਗਿਆਂ ਨੂੰ ਨੌਕਰੀ ਦੇਣ ਦੇ ਕਾਬਿਲ ਬਣਨ ਬਿਲਕੁਲ ਸੈਲਫ এমਪਲॉयਮੈਂਟ ਵਾਲਾ ਉਹਨਾਂ ਦਾ ਵਿਸ਼ੇਸ਼ ਧਿਆਨ ਹੈ ਸਾਡੇ ਮਾਨਯੋਗ ਡਾਇਰੈਕਟਰ ਤਕਨੀਕੀ ਸਿੱਖਿਆ ਜੀ ਤੇ ਪ੍ਰਿੰਸੀਪਲ ਕਤਰ ਸਾਹਿਬ ਦਾ ਵੀ ਸੁਪਨਾ ਹੈ ਕਿ ਹਰ ਕਾਲਜ ਦੇ ਵਿੱਚੋਂ ਸਾਡੇ ਬੱਚੇ ਪਿੱਛੇ ਜੇ ਪੋਲੀਟੈਕਨਿਕ ਕਾਲਜਾਂ ਨੇ ਇੱਕ ਬਹੁਤ ਵੱਡਾ ਉਦਮ ਵੀ ਕੀਤਾ ਜੀ ਆ ਦੇ ਵਿੱਚ ਤੁਸੀਂ ਤੇ ਖਾਸ ਨਾਲ ਸੀਗੇ ਕਿ IIT ਨਾਲ ਅਸੀਂ ਇੱਕ ਸਹਿਯੋਗ ਕਰ ਰਹੇ ਹਾਂ ਕਿ IIT ਰੋਪੜ ਜਿਹੜੀ ਹੈ ਉਹਨਾਂ ਨਾਲ ਸਹਿਯੋਗ ਕਰਕੇ ਜਿਹੜੇ ਬੱਚੇ ਸਾਡੇ ਪੋਲੀਟੈਕਨਿਕ ਸਿੱਖਿਆ ਹਾਸਲ ਕਰਨਗੇ ਉਹਨਾਂ ਨੂੰ ਨਵੀਂ-ਨਵੀਂ ਮਸ਼ੀਨਰੀ ਦੇ ਨਾਲ ਜਾਣੂ ਕਰਾਇਆ ਜਾਵੇ ਇੱਕ ਸ਼ਾਰਟ ਟਰਮ ਕੋਰਸ ਕਰਵਾਏ ਜਾਣ ਤਾਂ ਕਿ ਬੱਚੇ ਆਪਣਾ ਭਵਿੱਖ ਨੂੰ ਪੰਜਾਬ ਦੇ ਵਿੱਚ ਹੀ ਤਲਾਸ਼ ਦੇ ਹੋਏ ਆਪਣਾ ਕੰਮ ਕਰ ਸਕਣ ਬਿਲਕੁਲ ਜੀ ਬਿਲਕੁਲ ਬਿਲਕੁਲ ਤਕਨੀਕੀ ਸਿੱਖਿਆ ਦੀ ਜੇ ਗੱਲ ਕਰੀਏ ਤਾਂ 3-ਟਾਇਰ ਸਿਸਟਮ ਵਿੱਚ ITI ITI ਵਾਲੇ ਜਿਹੜੇ ਅਸੀਂ ਕਹਿੰਦੇ ਆ ਸਕਿਲਡ ਵਰਕਰਸ ਜਿਹੜੇ ਹੱਥ ਦਾ ਕੰਮ ਕਰਦੇ ਨੇ ਹੱਥ ਦਾ ਕੰਮ ਫਿਰ ਉਸ ਤੋਂ ਬਾਅਦ ਇੱਕ B ਡਿਗਰੀ ਜਿਹੜੇ ਡਿਜ਼ਾਈਨ ਇੰਜੀਨੀਅਰਸ ਹੁੰਦੇ ਨੇ ਤੇ ਉਹਨਾਂ ਦੇ ਵਿਚਕਾਰ ਜਿਹੜਾ ਬ੍ਰਿਜ ਦਾ ਕੰਮ ਕਰਦਾ ਉਹ ਹੈ ਡਿਪਲੋਮਾ ਕੋਰਸ ਜਿਹੜੇ ਬੱਚਿਆਂ ਨੇ 3 ਸਾਲ ਦਾ ਡਿਪਲੋਮਾ ਕਰ ਲੈਂਦੇ ਨੇ ਉਹ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਨੇ ਜੂਨੀਅਰ ਇੰਜੀਨੀਅਰ ਲੱਗਦੇ ਨੇ ਜੇ ਅਸੀਂ ਪਿਛਲੇ ਸਾਲ ਦੀ ਉਹ ਗੱਲ ਕਰੀਏ ਤਾਂ ਤਕਰੀਬਨ ਪੰਜਾਬ ਸਰਕਾਰ ਨੇ ਸਿਵਲ ਇੰਜੀਨੀਅਰਿੰਗ ਦੀਆਂ ਮੇਰੇ ਖਾਲ ਦੇ ਵਿੱਚ 2000 ਤੋਂ ਵੱਧ ਜੂਨੀਅਰ ਇੰਜੀਨੀਅਰ ਦੀਆਂ ਤੇ तकरीबन 1000 ਦੇ ਤਕਰੀਬ ਜਿਹੜੀਆਂ ਨੇ ਡਰਾਫਟਸਮੈਨ ਦੀਆਂ ਇਦਾਂ ਹੀ ਜਿਹੜੇ ਆਈਟੀ ਸੈਕਟਰ ਦੇ ਵਿੱਚ ਆਰਕੀਟੈਕਚਰ ਮੈਡੀਕਲ ਲੈਬ ਟੈਕਨੋਲੋਜੀ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜੀਆਂ ਕਿ ਮਕੈਨੀਕਲ ਦੇ ਵਿੱਚ ਮਕੈਨੀਕਲ ਤਾਂ ਸਾਡੇ ਜਿਹੜੀਆਂ ਟਰੈਕਟਰ ਇੰਡਸਟਰੀ ਵਾਲੇ ਹੀ ਨਹੀਂ ਛੱਡਦੇ ਉਹਨਾਂ ਬੱਚਿਆਂ ਮਕੈਨੀਕਲ ਤਾਂ ਵਿਦਿਆਰਥੀਓ ਤੁਸੀਂ ਦੇਖੋ ਕਿ ਐਵਰਗ੍ਰੀਨ ਬ੍ਰਾਂਚ ਹੈ ਉਹਦੇ ਚ ਤਾਂ ਮੈਂ ਕਿੰਨੀ ਆ ਕਿ ਇੱਥੇ ਸਵਰਾਜ ਹੈ ਸਾਡੇ ਇੱਥੇ ਮੁਹਾਲੀ ਚੱਪੜਚੜੀ ਮਤਲਬ ਹਰ ਹਫਤੇ ਉਹਨਾਂ ਦਾ ਫੋਨ ਆਂਦਾ ਹੈ ਕਿ ਸਾਨੂੰ ਡਿਪਲੋਮਾ ਵਾਲੇ ਬੱਚੇ ਭੇਜੋ ਸਾਨੂੰ ਜੀ ਬੜੀ ਘਾਟ ਹੈ ਬੱਚਿਆਂ ਦੀ ਮਤਲਬ ਮਕੈਨੀਕਲ ਦਾ ਬੱਚਾ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਫ੍ਰੀ ਰਹੇਗਾ ਹੁੰਦਾ ਜਿੱਦਾਂ ਪਾਵਰ ਸੈਕਟਰ ਦੀ ਗੱਲ ਚੱਲ ਰਹੀ ਹੈ ਦੂਜਾ ਇਲੈਕਟ੍ਰੀਕਲ ਦੇ ਵਿੱਚ ਸਾਡਾ ਜਿਹੜਾ ਹੁਣ ਜੇ ਅਸੀਂ ਹੋਰ ਵੀ ਗੱਲ ਕਰੀਏ ਕਿ ਸਾਰਿਆਂ ਦਾ ਕੰਬੀਨੇਸ਼ਨ ਹੋ ਰਿਹਾ ਜਿ세 ਰੀਨਿਊਏਬਲ એનર્ਜੀ ਦੇ ਬਲਕਿ ਆ ਬਦ ਰਹੇ ਆ ਉੱਥੇ ਸਿਵਲ ਇੰਜੀਨੀਅਰਸ ਆਰ ਆਰਕਟੈਕਟਸ ਕੈਮੀਕਲ ਸਾਰੇ ਦੇ ਸਾਰੇ ਬੱਚੇ ਕਿਤੇ ਨਾ ਕਿਤੇ ਅਡਜਸਟ ਹੁੰਦੇ ਇੱਥੇ ਬੀ ਫਾਰਮੇਸੀ ਔਰ ਡੀ ਫਾਰਮੇਸੀ ਉਹਨਾਂ ਦਾ ਵੀ ਆਪਾਂ ਪਿੱਛੇ ਕੋਰਸ ਬਾਰੇ ਅੱਗੇ ਗੱਲ ਨਹੀਂ ਕਰਦੇ ਆ ਹੁਣ ਆ ਜਾਓ ਜੀ ਡਿਪਲੋਮਾ ਕੋਰਸ ਡਿਪਲੋਮਾ ਕੋਰਸ ਦੇ ਵਿੱਚ ਬੱਚਿਓ ਇੱਕ ਇੰਜੀਨੀਅਰਿੰਗ ਕੋਰਸਸ ਨੇ ਮੈਡੀਕਲ ਕੋਰਸਸ ਨੇ ਨੋਨ ਇੰਜੀਨੀਅਰਿੰਗ ਕੋਰਸਸ ਨੇ ਮੈਡੀਕਲ ਕੋਰਸਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਐਮ ਐਲਟੀ ਮੈਡੀਕਲ ਲੈਬ ਟੈਕਨੋਲੋਜੀ ਡੀ ਫਾਰਮੇਸੀ ਡਿਪਲੋਮਾ ਇਨ ਫਾਰਮੇਸੀ ਬੀ ਫਾਰਮੇਸੀ ਬੈਚਲਰ ਆਫ ਫਾਰਮੇਸੀ ਜਿਹੜਾ ਮੈਡੀਕਲ ਲੈਬ ਟੈਕਨੋਲੋਜੀ ਹੈ ਇੱਕ ਇਹੋ ਜਿਹਾ ਕੋਰਸ ਹੈ ਕਿ ਬੱਚਿਆਂ ਨੂੰ ਇਹਦੇ 'ਚ ਦਾਖਲਾ ਨਹੀਂ ਮਿਲਦਾ ਸਾਨੂੰ ਇਹ ਡਿਮਾਂਡ ਆਉਂਦੀ ਹੈ ਕਿ ਇਹਦੀਆਂ ਸੀਟਾਂ ਵਧਾਓ ਕਿਉਂਕਿ ਮੈਡੀਕਲ ਲੈਬ ਟੈਕਨੋਲੋਜੀ ਜਿਵੇਂ ਨਾਮ ਹੀ ਦੱਸ ਰਿਹਾ ਕੋਈ ਬੱਚਾ ਤੁਹਾਨੂੰ ਫ੍ਰੀ ਨਹੀਂ ਮਿਲੇਗਾ ਡਾਕਟਰਸ ਇੰਨੇ ਨੇ ਲੈਬਾਂ ਇੰਨੀਆਂ ਨੇ ਬੱਚੇ ਦੇਖੋ 2 ਸਾਲ ਤਾਂ ਕਾਲਜ ਵਿੱਚ ਪੜ੍ਹਦੇ ਨੇ 1 ਸਾਲ ਉਹ ਹਸਪੀਟਲ ਦੇ ਵਿੱਚ ਟ੍ਰੇਨਿੰਗ ਕਰਦੇ ਨੇ ਔਰ ਟ੍ਰੇਨਿੰਗ ਦੇ ਦੌਰਾਨ ਹੀ ਉਹ ਬੱਚੇ ਐਬਜ਼ਾਰਬ ਹੋ ਜਾਂਦੇ ਨੇ ਉਹਨਾਂ ਨੂੰ ਉਸੇ ਵੇਲੇ ਨੌਕਰੀ ਮਿਲ ਜਾਂਦੀ ਹੈ ਕਿਉਂ ਗੁਰਬਖਸ਼ ਜੀ ਬਿਲਕੁਲ ਜੀ ਬਿਲਕੁਲ ਤੇ ਖਾਸ ਕਰਕੇ ਕੋਵਿਡ ਤੋਂ ਬਾਅਦ ਤਾਂ ਇਹਨਾਂ ਦੀ ਇੰਨੀ ਡਿਮਾਂਡ ਹੋ ਗਈ ਹੈ ਤੇ ਜੇ ਅਸੀਂ ਹੁਣ ਗੱਲ ਕਰੀਏ ਕੱਲ ਦੀ ਹੀ ਮੈਂ ਨਿਊਜ਼ ਪੜ੍ਹ ਰਿਆ ਸੀਗਾ ਕਿ ਬਹੁਤ ਜਲਦ ਜਿਹੜਾ ਹੈਗਾ ਪੀਜੀਆਈ ਦਾ ਇੱਕ ਸੈਟੇਲਾਈਟ ਸੈਂਟਰ ਜਿਹੜਾਗਾ ਫਰੋਜ਼ਪੁਰ ਦੇ ਵਿੱਚ ਉਧਰ ਸੈਟਅਪ ਕਰ ਰਹੇ ਨੇ ਸੈਟਅਪ ਕਰ ਰਹੇ ਨੇ ਤੇ ਇਦਾਂ ਦੇ ਜਿਹੜੇ ਨੇਗੇ ਚੰਡੀਗੜ੍ਹ ਦੇ ਵਿੱਚ ਜਿਹੜੇ ਨੇਗੇ ਬਹੁਤ ਸਾਰੇ ਇੱਥੇ ਮੁਹਾਲੀ ਦੇ ਵਿੱਚ ਹਸਪੀਟਲ ਇਦਾਂ ਦੇ ਆ ਰਹੇ ਨੇ ਪਟਿਆਲਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੱਡੀਆਂ-ਵੱਡੀਆਂ ਹਸਪੀਟਲ ਦੀਆਂ ਚੇਨਜ਼ ਆ ਰਹੀਆਂ ਨੇ ਬੱਚਿਆਂ ਦੀ ਬਹੁਤ ਜ਼ਿਆਦਾ ਉੱਥੇ ਡਿਮਾਂਡ ਹੋਵੇਗਾ ਯਾਦ ਹੋਏਗਾ ਪਿੱਛੇ ਜਿਹੀ ਆਪਣਾ ਇੱਥੇ ਨਿਊ ਚੰਡੀਗੜ੍ਹ ਜਿਹੜਾ ਟਾਟਾ ਮੈਮੋਰੀਅਲ ਟਾਟਾ ਵਾਲਿਆਂ ਦੀ ਬ੍ਰਾਂਚ ਖੁੱਲੀ ਕ ਉਹਦੇ ਵਿੱਚ ਉਹਨਾਂ ਨੇ ਸਾਡੇ ਡਿਪਾਰਟਮੈਂਟ ਨਾਲ ਐਮਓਯੂ ਸਾਈਨ ਕੀਤਾ ਹੈ ਬਿਲਕੁਲ ਜੀ ਔਰ ਸਾਡੇ ਐਮਐਨਟੀ ਦੇ ਬੱਚੇ ਦੇਖੋ ਉੱਥੇ ਕੰਮ ਕਰ ਰਹੇ ਨੇ ਬਿਲਕੁਲ ਗਵਰਨਮੈਂਟ ਪਾਲਟਿਕ ਨੇ ਖੁੰਨੀ ਮਾਜਰਾ ਦੇ ਬੱਚੇ ਉੱਥੇ ਜਿਹੜੇ ਐਬਜ਼ੌਰਬ ਹੋ ਚੁੱਕੇ ਐਬਜ਼ੌਰਬ ਹੋਏ ਨੇ ਹਾਂ ਡਿਪਲੋਮਾ ਕੋਰਸ ਯੋਗਤਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਇੰਜੀਨੀਅਰਿੰਗ ਜਾਂ ਨਾਨ ਇੰਜੀਨੀਅਰਿੰਗ ਕੋਰਸਿਸ ਨੇ ਜਾਂ ਮੈਡੀਕਲ ਲੈਬ ਟੈਕਨੋਲੋਜੀ ਦੀ ਗੱਲ ਕੀਤੀ ਹੈ ਇੱਥੇ ਵਿਦਿਆਰਥੀਓ ਜਿਹੜੇ ਬੱਚੇ ਨੇ 10th ਪਾਸ ਕਰ ਲਈ ਹੈ ਇਦੇ ਵਿੱਚ ਕੋਈ ਕੰਡੀਸ਼ਨ ਨਹੀਂ ਕਿ ਉਹਦੇ ਕੋਲ ਕਿਹੜੇ ਸਬਜੈਕਟ ਨੇ ਜਾਂ ਕੋਈ ਅਜਿਹੇ ਨੇ 10th ਪਾਸ ਕੀਤੀ ਹੈ ਉਹ ਬੱਚਾ ਜਿਹੜਾ ਹੈਗਾ ਇੰਜੀਨੀਅਰਿੰਗ ਨੌਨ ਇੰਜੀਨੀਅਰਿੰਗ ਐਮ ਐਲਟੀ ਦੇ ਜਿਹੜੇ ਕੋਰਸਿਸ ਨੇ ਉਹਨਾਂ 'ਚ ਦਾਖਲਾ ਲੈ ਸਕਦਾ ਹੈ ਬੀ ਫਾਰਮੇਸੀ ਤੇ ਡੀ ਫਾਰਮੇਸੀ ਇਹਦੇ ਲਈ 10+2 ਮੈਡੀਕਲ ਜਾਂ ਨੌਨ ਮੈਡੀਕਲ ਜ਼ਰੂਰੀ ਹੈ ਐਮ ਓ ਪ ਦਾ ਜਿਹੜਾ ਇੱਕ ਸਾਡਾ ਕੋਰਸ ਹੈ ਐਮ ਓ ਪ ਮਾਡਰਨ ਆਫਿਸ ਪ੍ਰੈਕਟਿਸ ਬੱਚਿਆਂ ਨੂੰ ਇਸ ਕੋਰਸ ਬਾਰੇ ਜ਼ਿਆਦਾ ਨੌਲੇਜ ਨਹੀਂ ਹੁੰਦੀ ਉਸ ਅੱਜ ਦੇ ਹਰ ਇੱਕ ਉਹਦੇ ਵਿੱਚ ਆਫਿਸ ਦੇ ਵਿੱਚ ਸੰਨ ਉਥੇ ਸਮਾਰਟ ਬੱਚੇ ਬੱਚੀਆਂ ਦੀ ਜ਼ਰੂਰਤ ਹੈ ਜਿਹੜੇ ਬੈਠੇ ਹੋਣ ਜਿਹੜੇ ਲੋਕਾਂ ਨਾਲ ਡੀਲ ਕਰ ਸਕਣ ਤੋ ਐਮੋਪੀ ਦੇ ਬੱਚੇ ਜਿਹੜੇ ਕੋਰਸ ਕਰਕੇ ਉਹ ਬਹੁਤ ਜ਼ਿਆਦਾ ਨੌਕਰੀਆਂ ਪ੍ਰਾਪਤ ਕਰ ਸਕਦੇ ਨੇ ਰਿਸੈਪਸ਼ਨਿਸਟ ਲੱਗਦੇ ਨੇ ਜੀ ਸਟੈਨੋ ਲੱਗਦੇ ਨੇ ਕਲਰਕ ਲੱਗਦੇ ਨੇ ਇਹਨਾਂ ਬੱਚਿਆਂ ਦੀ ਵੀ ਸਾਨੂੰ ਬਹੁਤ ਜ਼ਰੂਰਤ ਹੈ ਇਵਨ ਜਿਨ੍ਹਾਂ ਨੇ ਟੈਲੀ ਕੀਤੀ ਹੋਈ ਹੈ ਉਹਨਾਂ ਬੱਚਿਆਂ ਨੂੰ ਤੇ ਜਿਹੜੇ ਸੀਏ ਵਗੈਰਾ ਨੇ ਉਹੀ ਨਹੀਂ ਛੱਡਦੇ ਤੇ ਇੰਡਸਟਰੀ ਨਹੀਂ ਛੱਡਦੇ ਤੇ ਬਿਲ ਬਿਲਕੁਲ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ ਲੀਟ ਦੇ ਥਰੂ ਐਡਮਿਸ਼ਨ ਲੈਣੀ ਹੈ ਸੈਕੰਡ ইয়ার ਡਿਪਲੋਮੇ ਦੇ ਵਿੱਚ ਤੁਸੀਂ ਡਾਇਰੈਕਟ ਬਿਟਾ ਐਡਮਿਸ਼ਨ ਵੀ ਲੈ ਸਕਦੇ ਹੋ ਜੇ ਤੁਸੀਂ 10+2 ਸਾਇੰਸ ਕੀਤੀ ਹੈ ਇੱਕ ਚੀਜ਼ ਇੱਥੇ ਸਾਡੀ ਲਿਖਣੋਂ ਰਹਿ ਗਈ ਹੈ 10+2 ਵੋਕੇਸ਼ਨਲ ਕੀਤੀ ਹੈ ਜਾਂ ਤੁਸੀਂ 2 ਸਾਲ ਦਾ ਆਈਟੀਆਈ ਦਾ ਕੋਰਸ ਕੀਤਾ ਤਾਂ ਤੁਹਾਡਾ 1 ਸਾਲ ਜਿਹੜਾ ਉਹ ਮਾਫ ਹੋ ਜਾਂਦਾ ਹੈ ਤੁਹਾਡੀ ਸੈਕੰਡ ইয়ার ਚ ਡਾਇਰੈਕਟ ਐਡਮਿਸ਼ਨ ਹੋ ਜਾਂਦੀ ਹੈ ਅਕੁਸ਼ ਕੋਰਸੇਸ ਨੇ ਡਿਪਲੋਮਾ ਕੋਰਸੇਸ ਪੰਜਾਬ ਦੇ ਵਿੱਚ ਅਸੀਂ ਵਿਸਥਾ ਸਾਡੇ ਕੋਲ 43 ਕੋਰਸੇਸ ਚੱਲਦੇ ਨੇ ਅਸੀਂ ਕੁਝ ਕੋਰਸੇਸ ਤੁਹਾਨੂੰ ਦੱਸਣਾ ਚਾਹਵਾਂਗੇ ਜਿਵੇਂ ਕਿ ਮੈਂ ਪਹਿਲੇ ਦੱਸਿਆ ਮਕੈਨੀਕਲ ਆਰਕੀਟੈਕਚਰ ਸਿਵਲ ਕੈਮੀਕਲ ਕੰਪਿਊਟਰ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਆ ਇਲੈਕਟ੍ਰੋਨਿਕ ਐਂਡ ਟੈਲੀਕਮਿਊਨੀਕੇਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਪ੍ਰੋਡਕਸ਼ਨ ਇੰਜੀਨੀਅਰਿੰਗ ਮਕੈਨਿਕਲ ਇੰਜੀਨੀਅਰਿੰਗ ਮਕੈਨਿਕਲ ਵਿਦ ਰੈਫਰਿਜਰੇਸ਼ਨ ਐਂਡ 에ਅਰ ਕੰਡੀਸ਼ਨਿੰਗ ਬੜਾ ਵੱਖਰਾ ਜਿਹਾ ਕੋਰਸ ਹੈ ਬਹੁਤ ਵਧੀਆ ਕੋਰਸ ਹੈ ਪਲਾਸਟਿਕ ਟੈਕਨੋਲੋਜੀ ਇਸ ਦੇ ਬੱਚੇ ਕਦੇ ਵਿਲੇ ਹੀ ਨਹੀਂ ਰਹਿੰਦੇ ਆਟੋਮੋਬਾਈਲ ਇੰਜੀਨੀਅਰਿੰਗ ਬਿਲਕੁਲ ਅੱਜ ਦੀ ਜਿਹੜੀ ਆ ਕਿ ਨਵੀਂ ਟੈਕਨੋਲੋਜੀ ਨਿਤ ਆ ਰਹੀ ਹੈ ਨਵੀਆਂ ਨਵੀਆਂ ਕਾਰਾਂ ਆ ਰਹੀਆਂ ਕਦੇ ਡੀਜ਼ਲ ਤੋਂ ਜਿਹੜੀ ਆ ਪੈਟਰੋਲ ਕਦੇ ਕੁਝ ਸਭ ਕੁਝ ਚੇਂਜ ਹੋ ਰਿਹਾ ਹੈ ਤੇ ਉਹਦਾ ਸਾਡਾ ਸਾਰਾ ਇਹ ਬੱਚੇ ਕੰਮ ਕਰ ਜ ਦੇਖੋ ਜੀ ਗਰਮੀਆਂ ਚ ਹਰ ਇੱਕ ਨੂੰ ਏਸੀ ਦੀ ਜ਼ਰੂਰਤ ਹੈ ਰੈਫਰਿਜਰੇਟਰ ਦੀ ਜ਼ਰੂਰਤ ਹੈ ਜਾਂ ਤਾਂ ਬੱਚਾ ਜੌਬ ਕਰ ਲੈਂਦਾ ਹੈ ਜਾਂ ਬੱਚਾ ਆਪਣਾ ਕੰਮ ਕਰ ਲੈਂਦਾ ਹੈ ਵਿਲੇ ਰਹਿਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਮਤਲਬ ਮੈਂ ਜੋ ਗੱਲ ਤੁਹਾਨੂੰ ਪਹਿਲੇ ਕਹੀ ਵਿਦਿਆਰਥੀਓ ਕਿ ਕਿਤਾਂ ਮੁਖੀ ਕੋਰਸੇਸ ਤੁਸੀਂ ਮਤਲਬ ਇਹ ਕੋਰਸ ਕਰਕੇ ਜਾਂ ਤਾਂ ਤੁਸੀਂ ਨੌਕਰੀ ਕਰ ਸਕਦੇ ਹੋ ਜਾਂ ਆਪਣਾ ਕੰਮ ਕਰ ਸਕਦੇ ਹੋ ਆਪਣੇ ਭਵਿੱਖ ਨੂੰ ਬਹੁਤ ਵਧੀਆ ਸੁਧਾਰ ਸਕਦੇ ਹੋ ਮਤਲਬ ਤੁਸੀਂ ਵਿਹਲੇ ਨਹੀਂ ਰਹਿੰਦੇ ਸਾਡੇ ਬਹੁਤ ਸਾਰੇ ਕੋਰਸੇ ਐ ਹੋ ਜਿਹਨਾਂ ਦੇ ਵਿੱਚ 100% ਪਲੇਸਮੈਂਟ ਹੈ ਈਵਨ ਜੇ ਕੈਮੀਕਲ ਇੰਜੀਨੀਅਰਿੰਗ ਦੀ ਗੱਲ ਕਰੀਏ ਕੈਮੀਕਲ ਵਾਲਾ ਬੱਚਾ ਕਿਉਂਕਿ ਆਉਣ ਬੜਾ ਯੋਗੀ ਹੋਇਆ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਬੱਚੇ ਬਹੁਤ ਜ਼ਿਆਦਾ ਨੌਕਰੀ ਹਾਸਲ ਕਰ ਸਕਦੇ ਤੁਸੀਂ ਦੇਖੋ ਜੀ ਫਾਰਮਾਸਿਊਟੀਕਲ ਇੰਡਸਟਰੀ ਫੂਡ ਪ੍ਰੋਸੈਸਿੰਗ ਫਰਟੀਲਾਈਜ਼ਰ ਪੇਂਟ ਕਿਹੜੀ ਇੰਡਸਟਰੀ ਹੈ ਜਿੱਥੇ ਕੈਮੀਕਲ ਦੀ ਜ਼ਰੂਰਤ ਨਹੀਂ ਹੈ ਬਿਲਕੁ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਸਪੈਸ਼ਲ ਟ੍ਰੇਡ ਕੋਰਸਿਸ ਨੇ ਹਾਂਜੀ ਹਾਂਜੀ ਸਪੈਸ਼ਲ ਟ੍ਰੇਡ ਦੇ ਸਾਡੇ 4 ਜਿਹੜੇ ਇੰਸਟੀਚਿਊਟ ਚੱਲਦੇ ਨੇ ਜਿਹੜੇ 2 ਅਮ੍ਰਿਤਸਰ ਦੇ ਵਿੱਚ 1 ਜਲੰਧਰ ਦੇ ਵਿੱਚ 1 ਲੁਧਿਆਣਾ ਦੇ ਵਿੱਚ ਜਿੱਦਾਂ ਕਿ ਜੈਸੀ ਜਲੰਧਰ ਦੀ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਲੈਦਰ ਟੈਕਨੋਲੋਜੀ ਉੱਥੇ ਜਿਹੜਾ ਲੈਦਰ ਟੈਕਨੋਲੋਜੀ ਨਾਲ ਰਿਲੇਟਿਡ ਸਾਡਾ ਕੋਰਸ ਵੀ ਚੱਲਦਾ ਤੇ ਲੈਦਰ ਟੈਕਨੋਲੋਜੀ ਗਵਰਨਮੈਂਟ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਅਮ੍ਰਿਤਸਰ ਔਰ ਲੁਧਿਆਣਾ ਹਾਂ ਬੈਠੀ ਹਾਂ ਅਮ੍ਰਿਤਸਰ ਦੇ ਵਿੱਚ ਸਭ ਤੋਂ ਮਸ਼ਹੂਰ ਮਸ਼ਹੂਰ ਨੇ ਟੈਕਸਟਾਈਲ ਟੈਕਨੋਲ ਅਲਾਈ ਅਮ੍ਰਿਤਸਰ اور ਲੁਧਿਆਣਾ ਦੇ ਟੈਕਸਟਾਈਲ ਡਿਜ਼ਾਈਨ ਹੈਗਾ ਲਾਇਬ੍ਰੇਰੀ ਸਾਇੰਸ ਲਾਇਬ੍ਰੇਰੀ ਸਾਇੰਸ ਜਲੰਧਰ ਜਲੰਧਰ ਦੇ ਵਿੱਚ ਇਹ ਸਾਡਾ ਕੋਰਸ ਚੱਲਦਾ ਹੈ ਫੈਸ਼ਨ ਡਿਜ਼ਾਈਨ ਦਾ ਕੋਰਸ ਹੈ ਜਿਹੜਾ ਜਲੰਧਰ ਵੀ ਹੈ ਅਮ੍ਰਿਤਸਰ ਵੀ ਇਹਦੇ ਵਿੱਚ ਵੀ ਬੱਚੇ ਜਿਹੜਾ ਆਪਣਾ ਕਿਉਂਕਿ ਅੱਜ ਦਾ ਜਿਹੜਾ ਜਮਾਨਾ ਉਹਦੇ ਵਿੱਚ ਫੈਸ਼ਨ ਦਾ ਤਾਂ ਬਹੁਤ ਜ਼ਿਆਦਾ ਖਾਸ ਕਰਕੇ ਜਿਹੜੇ ਬੱਚੇ ਸਾਡਾ ਇਹ ਕੋਰਸ ਕਰਕੇ ਉਧਰਲੇ ਪਾਸੇ ਵੀ ਜਾ ਸਕਦੇ ਨੇ ਬਿਲਕੁਲ ਔਰ ਤੁਹਾਨੂੰ ਪਤਾ ਹੋਏਗਾ ਗੁਰਬਖਸ਼ੀਸ਼ ਜੀ ਲੁਧਿਆਣਾ ਜਿਹੜਾ ਸਾਡਾ ਸਪੈਸ਼ਲ ਟ੍ਰੇਡ ਇੰਸਟੀਚਿਊਟ ਹੈ ਜੇ ਤੁਹਾਡੀ ਗੱਲ ਹੋਈ ਹੋਵੇ ਉੱਥੇ ਉਹਨਾਂ ਨੂੰ ਮਤਲਬ ਬੱਚੇ ਜਦੋਂ 100% ਐਬਜ਼orb ਹੋ ਜਾਂਦੇ ਨੇ ਫਿਰ ਉਹ ਬੱਚੇ ਮੰਗਾ ਆਂਦੇ ਨੇ ਮਤਲਬ ਐਡਮਿਸ਼ਨ ਹੋ ਜਾਂਦੀ ਹੈ 40 ਈਟਾਂ ਭਰ ਜਾਂਦੀਆਂ ਤਾਂ ਬੱਚੇ ਆਂਦੇ ਨੇ ਜੀ ਸਾਨੂੰ ਇਸਪੋਰਟਸ ਐਡਮਿਸ਼ਨ ਦੇ ਦਿਓ ਕਿਉਂਕਿ ਨੌਕਰੀ ਇੰਨੀ ਹੈ ਇੰਨੀ ਪਲੇਸਮੈਂਟ ਹੈ ਤੁਸੀਂ ਦੇਖੋ ਮੈਡੀਕਲ ਕੋਰਸੇ ਜਿੱਦਾਂ ਪਹਿਲਾਂ ਮੈਮ ਨੇ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਬੱਚੇ ਮੈਡੀਕਲ ਲੈਬ ਟੈਕਨੋਲੋਜੀ ਜਿਹੜਾ ਅੱਜ ਕੱਲ ਹਰ ਇੱਕ ਬੰਦੇ ਨੇ ਆਪਣਾ ਟੈਸਟ ਕਰਾਉਣੇ ਕਰਾਉਣਾ ਤੇ ਟੈਸਟ ਕਰਾਉਣ ਲਈ ਤੁਹਾਨੂੰ ਪਤਾ ਹੈ ਕਿ ਅਸੀਂ ਜਾਣੇ ਆ ਇਹ ਇੱਕ ਚੀਜ਼ ਆ ਕਿ ਨਾਲੇ ਤਾਂ ਅਸੀਂ ਆਪਣਾ ਬਲੱਡ ਦੇ ਕੇ ਆਉਨੇ ਆ ਤੇ ਨਾਲੇ ਉੱਥੋਂ ਪੈਸੇ ਦੇਖੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਆ ਡੀ ਫਾਰਮੇਸੀ ਤੇ ਬੀ ਫਾਰਮੇਸੀ ਇਸ ਦਾ ਬਹੁਤ ਵੱਡਾ ਜਿਹੜੀ ਹੱਬ ਜਿਹੜੀ ਹੈਗੀ ਫਾਰਮੇਸੀ ਇੰਡਸਟਰੀ ਦੀ ਉਹ ਸਾਡੀ ਬੱਡੀ ਦੇ ਵਿੱਚ ਜਿਹੜੀ ਆ ਬਣ ਚੁੱਕੀ ਹੈ ਤੇ ਉਸ ਤੋਂ ਇਲਾਵਾ ਜਿੰਨੇ ਹਸਪੀਟਲ ਨੇ ਉਹਨਾਂ ਦੇ ਵਿੱਚ ਫਾਰਮਾਸਿਸ ਅੱਛੇ ਜਿਹੜੇ ਸਾਡੇ ਨੇਗੇ ਡਰਗ ਇਨਸਪੈਕਟਰਸ ਬਿਲਕੁਲ ਉਹ ਸਾਰੇ ਜਿਹੜੇ ਨੇ ਬੱਚੇ ਕਰਕੇ ਉੱਥੇ ਪਹੁੰਚ ਸਕਦੇ ਨੇ ਤੇ ਗੱਲ ਕਰ ਸਕਦੇ ਨੇ ਤੁਸੀਂ ਦੇਖੋ ਅਸੀਂ ਮੈਡੀਕਲ ਲੈਬ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ ਮੈਂ ਆਪਣੀ ਗੱਲ ਦੱਸ ਰਹੀ ਹਾਂ ਵਿਦਿਆਰਥੀਓ ਮੈਂ ਹੈਲਿਕਸ ਗਈ ਆਪਣਾ ਬਲੱਡ ਸੈਂਪਲ ਦੇਣ ਉੱਥੇ ਆਪਣੇ ਐਮ ਐਲਟੀ ਦੇ ਖੂਨੀ ਮਾਜਰਾ ਦੇ ਬੱਚੇ ਬੈਠੇ ਹੋਏ ਸੀ ਦੇਖੋ ਬੜੀ ਖੁਸ਼ੀ ہوئی ਉਹਨਾਂ ਨੇ ਪਹਿਚਾਨਿਆ ਜੀ ਮੈਡਮ ਆਇਨ ਹੈ ਔਰ ਮੈਂ ਉਹਨਾਂ ਨੂੰ ਕਹੇ ਰਹੀ ਬੇਟਾ ਆਰਾਮ ਨਾਲ ਔਰ ਵਾਕਈ ਜੀ ਬੱਚੇ ਬਹੁਤ ਐਕਸਪਰਟ ਹੋ ਜਾਂਦੇ ਨੇ ਜਦੋਂ ਇੱਕ ਸਾਲ ਹਸਪੀਟਲਸ ਦੇ ਵਿੱਚ ਟ੍ਰੇਨਿੰਗ ਕਰ ਆਪਣਾ 6 ਫੇਜ਼ ਮੋਹੱਲੀ ਸਿਵਲ ਹਸਪੀਟਲ ਮੈਕਸਿਮਮ ਬੱਚੇ ਤੁਹਾਨੂੰ ਆਪਣੇ ਮਿਲਣਗੇ ਉੱਥੇ ਈਵਨ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜਾ ਪੀਜੀਆ ਹੀ ਹੋ ਗਿਆ ਜੀ ਜਾਂ ਤੁਸੀਂ ਸੈਕਟਰ 10 ਜਿਹੜਾਗਾ ਤਾਂ 16 ਸੌਰੀ ਉਹਦੇ ਵਿੱਚ ਜਾਂ ਫਿਰ ਸਾਡਾ ਜਿਹੜਾ ਗਵਰਨਮੈਂਟ ਹਸਪੀਟਲ 32 ਉਹਨਾਂ ਸਾਰਿਆਂ ਦੇ ਵਿੱਚ ਸਾਡੇ ਬੱਚੇ ਟ੍ਰੇਨਿੰਗ ਲੈਂਦੇ ਹੋਏ ਤੇ ਜਾਂ ਜੋਬ ਕਰ ਰਹੇ ਨੇ ਉਹ ਮਿਲਦੇ ਨੇ ਸਿਵਲ ਹਸਪੀਟਲ ਜਿੰਨੇ ਪੰਜਾਬ ਦੇ ਨੇ ਸਾਰਿਆਂ ਦੇ ਵਿੱਚ ਸਾਡੇ ਬੱਚੇ ਮਿਲਣਗੇ ਹੁਣ ਬੱਚਿਆਂ ਦਾ ਸਭ ਤੋਂ ਵੱਡਾ ਗੱਲ ਆ ਜਾਂਦਾ ਜੀ ਕਿ ਡਿਪਲੋਮਾ ਕੋਰਸ ਦਾਖਲਾ ਕਿਵੇਂ ਲਈਏ ਬਿਲਕੁਲ ਐਡਮਿਸ਼ਨ ਪ੍ਰੋਸੈਸ ਕੀ ਹੈ ਉਹਨਾਂ ਦੇ ਮਨ 'ਚ ਹੁੰਦਾ ਹੈ ਕਿ ਕੋਈ ਟੈਸਟ ਤਾਂ ਨਹੀਂ ਹੋਊਗਾ ਉਹ ਤਾਂ ਨਹੀਂ ਹੋਊਗਾ ਬੱਚਿਓ ਹੁਣ ਕੋਈ ਵੀ ਟੈਸਟ ਕਿਉਂਕਿ ਮਾਨਯੋਗ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇਹ ਸੀ ਕਿ ਬੱਚਿਆਂ ਨੂੰ ਟੈਸਟਾਂ ਦੇ ਝਮੇਲਿਆਂ ਤੋਂ ਮੁਕਤ ਕੀਤਾ ਜਾਵੇ ਤੇ ਹੁਣ ਕੋਈ ਟੈਸਟ ਨਹੀਂ ਹੁੰਦਾ ਤੁਸੀਂ ਆਨਲਾਈਨ PSBT ਪੰਜਾਬ ਜਿਹੜਾ ਸਾਡਾ ਬੋਰਡ ਹੈਗਾ PSBT ਐਂਡ IT ਉਹਦੇ ਵਿੱਚ ਆਪਣਾ ਉਹਦੀ ਸਾਈਟ ਤੇ ਜਾ ਕੇ ਫਾਰਮ ਭਰ ਸਕਦੇ ਹਾਂ ਮਈ ਮਹੀਨੇ ਲਗਭਗ ਸਾਡੀ ਐਡ ਆ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੀ ਮੈਰਿਟ ਦੇ ਅਕੋਰਡਿੰਗ ਰਿਜ਼ਲਟ ਇੱਕ ਹਫ਼ਤੇ ਬਾਅਦ ਆ ਜਾਂਦਾ ਆਨਲਾਈਨ ਤੇ ਦਾਖਲੇ ਲਈ ਤੁਸੀਂ ਆਪਣੀਆਂ ਚੁਆਇਸ ਫਿਲਿੰਗ ਕਰਨੀ ਹੈ ਉਹ ਜਿਹੜੀ ਹੈ ਜੂਨ ਦੇ ਆਖਰੀ ਹਫ਼ਤੇ ਕਰਨੀ ਹੈ ਇਹਦੇ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਨਲਾਈਨ ਕਾਉਂਸਲਿੰਗ ਹੋਣੀ ਹੈ ਤੁਸੀਂ ਘਰ ਬੈਠੇ ਕਰ ਸਕਦੇ ਹੋ ਹਰ ਬੱਚੇ ਕੋਲ ਅੱਜਕੱਲ ਇੰਟਰਨੈਟ ਦੀ ਸੁਵਿਧਾ ਹੈ ਤੁਸੀਂ ਆਪਣੇ ਫੋਨ ਤੋਂ ਕਰ ਸਕਦੇ ਹੋ ਲੈਪਟਾਪ ਤੋਂ ਕਰ ਸਕਦੇ ਹੋ ਕਿਤੇ ਨਹੀਂ ਜਾਣਾ ਤੁਸੀਂ ਆਰਾਮ ਨਾਲ ਤੁਸੀਂ ਬਸ ਐਡ ਦੇ ਬਾਰੇ ਨੋਲੇਜ ਰੱਖਣੀ ਹੈ ਅਖਬਾਰਾਂ ਸਾਰੀਆਂ ਚ ਐਡ ਆਂਦੀ ਹੈ ਟ੍ਰਿਬਿਊਨ ਜਾਂਦੀ ਹੈ ਅਜੀਤ ਜਾਂਦੀ ਹੈ ਕਿ ਦਾਖਲਾ ਸ਼ੁਰੂ ਹੋ ਗਿਆ ਔਰ ਤੁਸੀਂ ਘਰ ਬੈਠੇ ਆਪਣਾ ਆਨਲਾਈਨ ਅਪਲਾਈ ਕਰ ਦੋ ਉਹਦੇ ਜੀ ਤੁਹਾਡੀ ਚੋਇਸ ਫਿਲਿੰਗ ਆਂਦੀ ਹੈ ਉਹਦੇ ਜੀ ਤੁਸੀਂ ਰਜਿਸਟ੍ਰੇਸ਼ਨ ਫੀ ਐਵਰੀਥਿੰਗ ਐਵਰੀਥਿੰਗ ਜਿਹੜੀ ਹੈ ਇਜ਼ ਅਵੇਲੇਬਲ ਆਨਲਾਈਨ ਤੁਹਾਨੂੰ ਕਿਤੇ ਖੱਜਲ ਹੋਣ ਦੀ ਲੋੜ ਨਹੀਂ ਐ ਤੁਸੀਂ ਫਾਰਮ ਭਰਨ ਤੋਂ ਲੈ ਕੇ ਫੀਸ ਭਰਨ ਤੱਕ ਦਾ ਕੰਮ ਸਿਰਫ ਆਪਣੇ ਘਰ ਬੈਠੇ ਹੀ ਕਰ ਸਕਦੇ ਹੋ ਜਦੋਂ ਤੁਸੀਂ ਆਪਣੀ ਸੀਟ ਤੁਹਾਨੂੰ ਅਲੋਟ ਹੋਗੀ ਸਪੋਜ਼ ਕਰੋ ਤੁਹਾਨੂੰ ਮਕੈਨੀਕਲ ਦੀ ਸੀਟ ਅਲੋਟ ਹੋਗੀ ਕੰਪਿਊਟਰ ਦੀ ਸੀਟ ਅਲੋਟ ਹੋਗੀ ਜਿਹੜੇ ਮਰਜੀ ਕਾਲਜ ਚ ਹੈ ਗਵਰਨਮੈਂਟ ਕਾਲਜ ਐ ਚਾਹੇ ਕੋਈ ਪ੍ਰਾਈਵੇਟ ਕਾਲਜ ਐ ਈਵਨ ਜਿਹੜੇ ਚੰਡੀਗੜ੍ਹ ਦੇ ਵੀ ਪੋਲੀਟੈਕਨਿਕ ਕਾਲਜ ਨੇ ਉਹਨਾਂ ਚ ਵੀ ਤੁਸੀਂ ਉੱਥੇ ਜਾ ਕੇ ਸਿਰਫ ਰਿਪੋਰਟ ਕਰਨਾ ਆਪਣੇ ਸਰਟੀਫਿਕੇਟ Ориਜਨਲ ਦਿਖਾਉਣੇ ਨੇ ਉੱਥੇ ਨਾਲ ਦੀ ਨਾਲ ਤੁਹਾਡੀ ਸੀਟ ਕਨਫਰਮ ਕਰ ਦਿੱਤੀ ਜਾਊਗੀ ਉਸ ਤੋਂ ਪਹਿਲਾਂ ਇੱਕ ਮਹੀਨਾ ਜਿਹੜਾ ਤੁਹਾਡਾ ਕੋਈ ਪ੍ਰੋਸੈਸ ਚੱਲਦਾ ਹੈ ਸੀਟ ਲੈਣ ਦਾ ਸੀਟ ਬਦਲਣ ਦਾ ਇੱਕ ਵਾਰ ਤੁਸੀਂ ਸੀਟ ਲੈ ਵੀ ਲੈਨੇ ਹੋ ਤੁਹਾਨੂੰ ਲੱਗਦਾ ਕਿ ਇਹ ਸੀਟ ਮੈਨੂੰ ਨਹੀਂ ਚਾਹੀਦੀ ਸੀ ਮੈਨੂੰ ਹੋਰ ਸੀਟ ਚਾਹੀਦੀ ਹੈ ਸੈਕੰਡ ਕਾਉਂਸਲਿੰਗ 'ਚ ਤੁਸੀਂ ਚੇਂਜ ਕਰ ਸਕਦੇ ਹੋ ਥਰਡ ਕਾਉਂਸਲਿੰਗ ਚੇਂਜ ਕਰ ਸਕਦੇ ਹੋ ਸੋ ਇਹ ਜਿਹੜੀ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਤੇ ਸਾਡੇ ਜਿਹੜੇ ਮਾਨਯੋਗ ਤਕਨੀਕੀ ਸਿੱਖਿਆ ਮੰਤਰੀ ਜੀ ਦਾ ਫੈਸਲਾ ਸੀ ਕਿ ਅਸੀਂ ਜਿਹੜੇ ਬੱਚਿਆਂ ਨੂੰ ਕਿਸੇ ਤਰੀਕੇ ਦੀ ਖੱਜਲ ਖਵਾਰੀ ਤੋਂ ਬਚਾਈਏ ਹੁਣ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਮੈਮ ਕਿ ਬੱਚੇ ਚਾਹੁੰਦੇ ਨੇ ਕਿ ਅਸੀਂ ਦਾਖਲਾ ਤਾਂ ਲੈਣਾ ਪਰ ਬਹੁਤ ਵੱਡੀ ਸਮੱਸਿਆ ਹੈ ਕਿ ਸਾਡੇ ਪਿੰਡਾਂ ਦੇ ਬੱਚੇ ਸਾਡੇ ਜਿਹੜੇ ਕੁਝ ਵਰਗ ਇਦਾਂ ਦੇ ਨੇ ਜਿਹੜੇ ਹਜੇ ਵੀ ਬਹੁਤ ਦਿੱਕਤਾਂ ਨੇ ਫਾਈਨੈਂਸ਼ੀਅਲ ਦਿੱਕਤਾਂ ਸੋ ਉਹਨਾਂ ਨੂੰ ਆਪਾਂ ਸਕਾਲਰਸ਼ਿਪ ਦੀ ਗੱਲ ਕਰਦੇ ਬਿਲਕੁਲ 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 ਸਭ ਤੋਂ ਪਹਿਲਾਂ ਤੇ ਫੀ ਵੇਵਰ ਸੀਟਸ ਨੇ ਬਿਲਕੁਲ ਹਰ ਕਾਲਜ ਦੇ ਵਿੱਚ ਬੇਟਾ ਜਿੱਦਿਆਂ ਟੋਟਲ ਸੀਟਸ ਨੇ ਉਹਦੀਆਂ 5% ਐਕਸਟਰਾ ਸੀਟਾਂ ਹਰ ਕਾਲਜ 'ਚ ਦਿੱਤੀਆਂ ਗਈਆਂ ਨੇ ਫੀ ਵੇਵਰ ਸੀਟਸ ਇਹ 100% ਇਹਦੇ ਵਿੱਚ ਤੁਹਾਡੀ ਟਿਊਸ਼ਨ ਫੀ ਮਾਫ ਹੁੰਦੀ ਹੈ ਬਸ ਇਹਦੇ 'ਚ ਇੱਕ ਕੰਡੀਸ਼ਨ ਹੈ ਕਿ ਤੁਹਾਡੇ ਪਰਿਵਾਰ ਦੀ ਇਨਕਮ 8 ਲੱਖ ਆਖਿਰਕ ਖਾ ਸਾਲਾਨਾ 8 ਲੱਖ ਇਨਕਮ ਹੋਵੇ ਠੀਕ ਹੈ ਉਸ ਤੋਂ ਵਧ ਨਹੀਂ ਹੋਣੀ ਚਾਹੀਦੀ ਔਰ ਬੜੇ ਆਰਾਮ ਨਾਲ ਇਹਦੇ ਚ ਦੇਖੋ ਕਿੰਨੇ ਬੱਚੇ ਫਾਇਦਾ ਲੈ ਜਾਂਦੇ ਨੇ ਬਹੁਤ ਸਾਰੇ ਇੰਨਾ ਚ ਇਹ ਮੈਂ 10ਵੀਂ ਦਈਏ ਜੀ ਕਿ ਬੱਚਿਆਂ ਨੂੰ ਕਿ ਤਕਰੀਬਨ 30000 ਦੇ ਕਰੀਬ ਫੀਸ ਹੈ ਜੀ ਜੋ 22000 ਕੇਵਲ ਟਿਊਸ਼ਨ ਫੀਸ ਹੈ ਟਿਊਸ਼ਨ ਫੀਸ ਹੈ ਜਿਹੜੀ ਟੋਟਲ ਮਾਫ ਹੋ ਜਾਂਦੀ ਬਿਲਕੁਲ ਇਹ ਬਹੁਤ ਵੱਡਾ ਬੈਨੀਫਿਟ ਹੈ ਜਿਹੜਾ ਬੱਚੇ ਅਵੇਲ ਕਰਦੇ ਨੇ ਜਿਹੜੇ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲਿਆਂ ਦੇ ਬੱਚੇ ਨੇ ਉਹਨਾਂ ਦੇ ਐਸਸੀ ਜਾਂ ਐਸਟੀ ਪਰਿਵਾਰਾਂ ਦੇ ਜਿਨ੍ਹਾਂ ਦੇ ਪਰਿਵਾਰ ਕਮਦਨ 2.5 ਲੱਖ ਤੋਂ ਘੱਟ ਹੋਵੇ ਉਹਨਾਂ ਦੀ ਫੀਸ ਕੇਵਲ 1683 ਰੁਪਏ ਤੇ ਸੀਟਾਂ ਵਿੱਚ ਜਿਹੜਾ ਰੱਖਮਾ ਕਰਨਾ ਉਹ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਹੈ ਮੈਕਸਿਮਮ ਬੱਚੇ ਜਿਹੜੇ ਇਹਨਾਂ ਕੈਟਾਗਰੀਆਂ ਦੇ ਨੇ ਪਰਿਵਾਰਾਂ ਦੇ ਨੇ ਉਹ ਬੱਚਿਆਂ ਦੀ ਸਾਨੂੰ ਪਤਾ ਹੈ ਕਿ ਉਹਨਾਂ ਦੇ ਪਰਿਵਾਰ ਬਹੁਤ ਜ਼ਿਆਦਾ ਜਿਹੜੇ ਨੇ 60-70% ਪਰਿਵਾਰ ਅੱਜ ਵੀ ਮਜ਼ਦੂਰੀ ਨਾਲ ਜੁੜੇ ਨੇ ਜਾਂ ਕੁਛ ਹੈ ਤਾਂ ਉਹ ਬੱਚੇ ਬਿਲਕੁਲ ਮੁਫਤ ਦੀ ਤਰ੍ਹਾਂ 3 ਸਾਲ ਦਾ ਡਿਪਲੋਮਾ ਸਿਰਫ 1683 ਰੁਪਏ ਵਿੱਚ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਕਿਤਾਬਾਂ ਦੇ ਪੈਸੇ ਵਗੈਰਾ ਜਿਹੜੇ ਨੇ ਉਹ ਵੀ ਸਰਕਾਰ ਵੱਲੋਂ ਮਰਚਾਂ ਦੇ ਅਕਾਊਂਟ ਦੇ ਵਿੱਚ ਪਾਏ ਜਾਂਦੇ ਬਿਲਕੁਲ ਜੋ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਹੈ ਉਹਦੇ ਮੁਤਾਬਿਕ ਬੇਟਾ ਇਹ ਸੁਵਿਧਾ ਜਿਹੜੀ ਹੈ ਦਿੱਤੀ ਗਈ ਹੈ ਜਿੰਨੂੰ ਤੁਸੀਂ ਪੋਸਟ میٹرਿਕ ਸਕਾਲਰਸ਼ਿਪ ਵੀ ਕਹਿੰਦੇ ਹੋ ਪੀ ਐਮ ਐਸ ਇਹ ਬਹੁਤ ਵੱਡੀ ਸੁਵਿਧਾ ਹੈ ਬਹੁਤ ਵੱਡੀ ਸੁਵਿਧਾ ਹੈ ਤੇ ਇਸ ਤੋਂ ਇਲਾਵਾ ਹੁਣ ਬੱਚਿਆਂ ਦਾ ਆ ਜਾਂਦਾ ਹੈ ਕਿ ਜਿਹੜੇ ਕੋਈ ਜਨਰਲ ਕੈਟਾਗਰੀ ਦੇ ਬੱਚੇ ਨੇ ਬੀ ਸੀ ਕੈਟਾਗਰੀ ਦੇ ਬੱਚੇ ਨੇ ਬੱਚਿਓ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੀ ਮੈਰਿਟ ਜੇ ਤੁਹਾਡੇ ਕੋਲ ਅੰਕ ਲਏ ਨੇ 10th ਦੇ ਵਿੱਚ ਹੁਣ ਜ਼ੋਰ ਲਾ ਦਿਓ 10th ਔਰ +2 ਦੇ ਵਿੱਚ ਬਿਲਕੁਲ ਜੇ ਤੁਸੀਂ ਚੰਗੇ ਨੰਬਰ ਲਓਗੇ ਤੇ ਸਰਕਾਰ ਵੱਲੋਂ ਤੁਹਾਨੂੰ ਵਜੀਫੇ ਦਿੱਤੇ ਜਾਣੇ ਨੇ ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ ਵਜੀਫਾ ਜੋ ਜਿਹਨਾਂ ਨੇ ਸੀਐਮ ਸਕਾਲਰਸ਼ਿਪ ਜੇ ਤੁਹਾਡੇ 60% ਤੋਂ ਵੱਧ ਅੰਕ ਨੇ ਤੁਹਾਡੀ 70% ਟਿਊਸ਼ਨ ਫੀਸ ਮਾਫ ਹੋ ਜਾਣੀ ਹੈ ਜੇ 70% ਤੋਂ ਵੱਧ ਅੰਕ ਨੇ 80% ਟਿਊਸ਼ਨ ਫੀਸ ਮਾਫ ਹੋ ਜਾਣੀ ਹੈ ਜੇ 80% ਤੋਂ ਵੱਧ ਅੰਕ ਨੇ 90% ਟਿਊਸ਼ਨ ਫੀਸ ਮਾਫ ਹੋ ਜਾਣੀ ਹੈ ਜੇ 90% ਤੋਂ ਵੱਧ ਅੰਕ ਨੇ ਤਾਂ 100% ਸਾਰੀ ਟਿਊਸ਼ਨ ਫੀਸ ਮਾਫ ਹੋਏ ਇੱਕ ਜ਼ਰੂਰੀ ਹੈ ਕਿ ਸਿਰਫ ਤੇ ਸਿਰਫ ਗਵਰਨਮੈਂਟ ਪੋਲੀਟੈਕਨਿਕ ਕਾਲਜ ਚ ਹੈ ਹਾਂ ਤੇ ਸਿਰਫ ਪੰਜਾਬ ਦੇ ਹਾਂ ਸਿਰਫ ਪੰਜਾਬ ਦੇ ਸਰਕਾਰੀ ਬਹੁ ਤਕਨੀਕੀ ਕਾਲਜਾਂ 'ਚ ਇਹ ਸਕੀਮ ਹੈ ਇਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਨਹੀਂ ਹੈ ਬੱਚਿਓ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਪਰ ਤੁਸੀਂ ਦੇਖੋ ਜੇ ਤੁਸੀਂ 90% ਤੋਂ ਵੱਧ ਨੰਬਰ ਲੈ ਜਾਂਦੇ ਹੋ ਤੇ ਤੁਸੀਂ ਟੋਟਲੀ ਫ੍ਰੀ ਪੜਦੇ ਹੋ ਤੁਹਾਡੀ ਪੜਾਈ ਬਿਲਕੁਲ ਫ੍ਰੀ ਹੈ ਬਿਲਕੁਲ ਜੀ ਤੇ ਸਾਡੇ ਬੱਚਿਆਂ ਲਈ ਬਹੁਤ ਵੱਡਾ ਇਹ ਫਾਇਦਾ ਹੈ ਜਿਹੜਾ ਕਿ ਸਾਡੇ ਮਾਨ ਜੋਗ ਮਾਨ ਜੋਗ ਮੁੱਖ ਮੰਤਰੀ ਜੀ ਵੱਲੋਂ ਦਿੱਤਾ ਗਿਆ ਹੈ ਬਿਲਕੁਲ ਬਿਲਕੁਲ ਤੇ ਬਧੇਰੇ ਜਾਣਕਾਰੀ ਲਈ ਜਿਹੜਾ ਸਾਰਾ ਕੁਝ ਬੇਟਾ ਅਸੀਂ ਤੁਹਾਡੇ ਨਾਲ ਅੱਜ ਗੱਲ ਵੀ ਕੀਤੀ ਆ ਪਰ ਫੇਰ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿੱਥੇ ਕਈ ਵਾਰ ਭੁੱਲ ਜਾਂਦੇ ਆ ਜਾਂ ਕੋਸ਼ਿਸ਼ ਕਿੱਥੇ ਗੱਲਬਾਤ ਕਰੀਏ ਕਿਵੇਂ ਕਰੀਏ ਤਾਂ ਸਾਡੀ ਜਿਹੜੀ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਹੈ ਉਸ ਦੀ ਜਿਹੜੀ ਹੈਗੀ ਆ ਦੋ ਸਾਈਟਸ ਤੁਹਾਨੂੰ ਅਸੀਂ ਦੇ ਰਹੇ ਹਾਂ ਪੰਜਾਬ ਟੈਕ ਹੈਡ .com ਪੰਜਾਬ ਟੈਕ ਹੈਡ .net ਬਿਲਕੁਲ ਇਹਨਾਂ ਦੇ ਉੱਤੇ ਜਾ ਕੇ ਤੁਸੀਂ ਜਦੋਂ ਕਲਿੱਕ ਕਰਦੇ ਹੋ ਤੁਹਾਨੂੰ ਪੰਜਾਬੀ ਵਿੱਚ ਇੰਗਲਿਸ਼ ਦੋਵਾਂ ਭਾਸ਼ਾਵਾਂ ਦੇ ਵਿੱਚ ਪੂਰੀ ਦੀ ਪੂਰੀ ਜਾਣਕਾਰੀ ਕਿ ਕਿਹੜਾ ਕਾਲਜ ਕਿੱਥੇ ਸਥਿਤ ਹੈ ਕਿਸ ਕਾਲਜ ਦੇ ਵਿੱਚ ਕਿੰਨੀਆਂ ਸੀਟਾਂ ਨੇ ਕਿਹੜਾ ਕਾਲਜ ਦੇ ਵਿੱਚ ਕੀ ਕੀ ਜੜੀਆਂ ਸਕੀਮਸ ਚੱਲਦੀਆਂ ਨੇ ਟਿਊਸ਼ਨ ਫੀਸ ਬੇਵਰ ਦੀਆਂ ਕੀ ਸਕੀਮਸ ਨੇ ਫੀ ਬੇਗ੍ਰਤੀਆਂ ਕਿਹੜੀਆਂ ਸਕੀਮਸ ਨੇ ਉਹ ਸਾਰੀ ਦੀ ਸਾਰੀ ਜਾਣਕਾਰੀ ਹੈ ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਦੱਸਣੀ ਅਸੀਂ ਭੁੱਲ ਗਏ ਕਿ ਜਿਹੜੇ ਬੱਚੇ ਸਾਡੇ ਕਲਾਸ ਦੇ ਵਿੱਚ ਸਕਾਲਰਸ਼ਿਪ ਸਕੀਮਾਂ ਨਹੀਂ ਲੈ ਪਾਉਂਦੇ ਜਿਹੜੇ ਕਲਾਸ ਦੇ ਵਿੱਚ ਪਹਿਲੀ ਦੂਜੀ ਤੇ ਤੀਜੀ ਪੋਜੀਸ਼ਨ ਲੈਂਦੇ ਨੇ ਉਹਨਾਂ ਨੂੰ ਪਹਿਲੀ ਪੋਜੀਸ਼ਨ ਵਾਲਿਆਂ ਦੀ ਸਾਰੀ ਜਿਹੜੀ ਟਿਊਸ਼ਨ ਫੀਸ ਹੈ ਉਹ ਮਾਫ ਹੋ ਜਾਂਦੀ ਹੈ ਦੂਜੀ ਤੇ ਤੀਜੀ ਪੋਜੀਸ਼ਨ ਵਾਲਿਆਂ ਦੀ ਅੱਧੀ ਟਿਊਸ਼ਨ ਫੀਸ ਜਿਹੜੀ ਹੈ ਇਹ ਸਾਡੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਖਲਾਈ ਬੋਰਡ ਵੱਲੋਂ ਕੀਤੀ ਜਾਂਦੀ ਹੈ ਤੇ ਜਿਹੜੇ ਬੱਚਿਆਂ ਦੇ ਕਿਤੇ ਮਾਪਿਆਂ ਦੀ ਕੋਈ ਦਿੱਕਤ ਆ ਜਾਵੇ ਜਿਨ੍ਹਾਂ ਦੇ ਮਾਪੇ ਕਿਸੇ ਕਾਰਨ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਬੱਚਿਆਂ ਲਈ ਵੀ ਸਾਡੇ ਚੇਅਰਮੈਨ ਸਾਹਿਬ ਕੋਲ ਅਖਤਿਆਰੀ ਕੋਟਾ ਹੁੰਦਾ ਹੈ ਉਹਦੇ ਵਿੱਚ ਉਹ ਬੱਚਿਆਂ ਦੀ ਸਮੁੱਚੀ ਟਿਊਸ਼ਨ ਫੀਸ ਮਾਫ ਕਰ ਦਿੰਦੇ ਨੇ ਸੋ ਬੱਚਿਓ ਹੁਣ ਫੈਸਲਾ ਤੁਹਾਡਾ ਹੈ ਕਿ ਤੁਸੀਂ ਜਿਹੜਾਗਾ ਪੜ੍ਹਨਾ ਹੈ ਜੋਰ ਲਾ ਕੇ ਜੇ ਤੁਸੀਂ ਜੋਰ ਲਾ ਕੇ ਪੜ੍ਹਦੇ ਹੋ ਤਾਂ ਪੰਜਾਬ ਸਰਕਾਰ ਵਚਨਬੱਧ ਹੈ ਕਿ ਤੁਹਾਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਵੇ ਤੇ ਤੁਹਾਡੀ ਨੌਕਰੀ ਦਾ ਪ੍ਰਬੰਧ ਕਰੇ ਇੱਕ ਹੋਰ ਸੀ ਗੁਰਬਖਸ਼ੀਸ਼ ਜੀ ਜਿਹੜਾ ਕੋਵਿਡ ਦੇ ਦੌਰਾਨ ਜਿਹੜੀ ਇੱਕ ਪ੍ਰੋਵੀਜ਼ਨ ਕੀਤੀ ਗਈ ਕਿ ਜਦੇ ਕੋਵਿਡ ਦੇ ਵਿੱਚ ਜੇ ਕਿਸੇ ਦੇ ਪੇਰੈਂਟਸ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ ਤਾਂ ਦੋ ਸੀਟਾਂ ਹਰ ਕਾਲਜ 'ਚ ਅੱਛਾ ਹਾਂ ਇਹ ਵੀ ਇੱਕ ਜਿਹੜਾ ਸੀ ਉਹ ਪਿਛਲੇ ਸਾਲ ਤੋਂ ਪ੍ਰੋਵੀਜ਼ਨ ਕੀਤੀ ਗਈ ਸੋ ਹਰ ਕਾਲਜ ਦੇ ਵਿੱਚ ਦੋ ਸੀਟਾਂ ਜਿਹੜੀਆਂ ਨੇ ਜਿਹੜੇ ਬੱਚੇ ਆਪਣੇ ਮਾਪੇ ਨੂੰ ਕੋਵਿਡ ਦੇ ਦੌਰਾਨ ਗਵਾ ਚੁੱਕੇ ਨੇ ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਵੀ ਇਸ ਵਿਸ਼ੇਸ਼ ਤੌਰ ਤੇ ਸਰਕਾਰ ਵੱਲੋਂ ਖਿਆਲ ਰੱਖਿਆ ਜਾ ਰਿਹਾ ਹੈ ਸੋ ਤਕਨੀਕੀ ਸਿੱਖਿਆ ਡਿਪਾਰਟਮੈਂਟ ਤੁਹਾਡੇ ਲਈ ਬਚਨਵਤ ਹੈ ਹੁਣ ਪੰਜਾਬ ਲਈ ਬਚਨਵਤ ਤਾਂ ਬੱਚਿਓ ਤੁਸੀਂ ਦਿਖਾਉਣੀ ਹੈ ਚੰਗੇ ਨੰਬਰ ਲਓ ਸਕਾਲਰਸ਼ਿਪ ਲਓ अच्छੀਆਂ नौकरियां प्राप्त करो नौकरिया। और ਤੁਸੀਂ ਦੇਖੋ ਹਰ ਕਾਲਜ ਦੇ ਵਿੱਚ ਜਿਹੜਾ ਨੌਕਰੀਆਂ ਦੇ ਲਈ ਅਲੱਗ ਸੈੱਲ ਬਣਿਆ ਹੋਇਆ ਹੈ ਪਲੇਸਮੈਂਟ ਸੈੱਲ ਪਲੇਸਮੈਂਟ ਸੈੱਲ ਔਰ ਤੁਸੀਂ ਦੇਖੋ ਵਕ ਵਕ ਕੰਪਨੀਆਂ ਨੂੰ ਰੂਟੀਨ ਚ ਕਾਲਜਸ ਵਾਲੇ ਬੁਲਾਉਂਦੇ ਨੇ ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਆਪਣੀ ਪੜ੍ਹਾਈ ਦੇ ਦੌਰਾਨ ਹੀ ਉੱਥੋਂ ਨੌਕਰੀ ਲੈ ਕੇ ਨਿਕਲਦੇ ਨੇ ਇਵਨ ਬੈਂਕਾਂ ਨਾਲ ਵਿਸ਼ੇਸ਼ ਤੌਰ ਤੇ ਤਾਲਮੇਲ ਕੀਤਾ ਜਾ ਰਿਹਾ ਹੈ ਲੋਨ ਮੇਲਾ ਕਰਵਾਇਆ ਜਾਂਦਾ ਹੈ ਕਿ ਬੱਚਿਆਂ ਨੇ ਜੇ ਅੱਗੇ ਪੜ੍ਹਨਾ ਹੈ ਤਾਂ ਬੱਚੇ ਕਿਸ ਤਰ੍ਹਾਂ ਲੋਨ ਲੈ ਸਕਦੇ ਨੇ ਜੇ ਕਿਸੇ ਨੇ ਕੋਈ ਆਪਣਾ ਛੋਟਾ ਜਿਹਾ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਦਾ ਲੋਨ ਲੈ ਸਕਦੇ ਨੇ ਇਹ ਵੀ ਜਿਹੜਾ ਕਾਲਜਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਸਾਰੇ ਮਿਲ ਕੇ ਪੂਰਾ ਤਕਨੀਕੀ ਸਿੱਖਿਆ ਵਿਭਾਗ ਮਿਲ ਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਪੂਰੀ ਕੋਸ਼ਿਸ਼ ਕਰ ਰਿਹਾ ਤੇ ਬੱਚਿਓ ਤੁਸੀਂ ਵੀ ਸਾਡਾ ਸਾਥ ਦਿਓ ਆਓ ਰਲ ਕੇ ਆਪਾਂ ਬਚਨਵਦ ਹੋਈਏ ਇਹ ਰੰਗਲਾ ਪੰਜਾਬ ਬਣਾਈਏ ਬਣਾਈਏ ਤੇ ਇੱਕ ਵਾਰ ਫੇਰ ਬੱਚਿਓ ਤੁਹਾਨੂੰ ਪੇਪਰਾਂ ਦੇ ਲਈ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਤੁਹਾਡੇ ਤੋਂ ਵਿਦਾ ਚਾਹਾਂਗੇ ਬਿਲਕੁਲ ਜੀ ਬਿਲਕੁਲ ਧੰਨਵਾਦ ਜੈ ਹਿੰਦ ਧੰਨਵਾਦ ਜੈ ਹਿੰਦ